ਕਿਸੇ ਕਰਦਾ ਸੀ ਤੇ ਘਰੋਂ ਲੜਾਈ ਕਰਕੇ ਤੇ ਆਹ ਖਾ ਲਿਆ ਪੈਸੇ ਪੈਸੇ ਮੰਗਦੇ ਚੱਕਰ ਚ ਆਹ ਲੰਘਾ ਲਿਆ ਹੁਣ ਇਹਨੇ ਨੇਲ ਕਟਾਉਂਦਾ ਜੀ। ਨਸ਼ੇੜੀਆਂ ਨੇ ਤਾਂ ਹੁਣ ਹੱਦ ਹੀ ਮੁਕਾ ਦਿੱਤੀ ਹੈ, ਜਿੱਥੇ ਨਿੱਕੇ ਨਿੱਕੇ ਬੱਚੇ ਕਿਸੇ ਚੀਜ਼ ਨੂੰ ਲੈਣ ਲਈ ਜ਼ਿੱਦ ਕਰਦੇ ਨੇ ਤੇ ਆਪਣੇ ਆਪ ਨੂੰ ਚੋਟ ਪਹੁੰਚਾਉਂਦੇ ਨੇ, ਤਾਂ ਇੱਥੇ ਇਸ ਨਸ਼ੇੜੀ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਜਿੱਥੇ ਘਰਦਿਆਂ ਤੋਂ ਪੈਸੇ ਮੰਗੇ ਤਾਂ ਪੈਸੇ ਨਾ ਮਿਲਣ ਤੇ ਇਸ ਸ਼ਖਸ ਨੇ ਨੇਲ ਕਟਰ ਹੀ ਨਿਗਲ ਲਿਆ। ਮੌਤ ਦੇ ਮੂੰਹ ਦੇ ਵਿੱਚੋਂ ਬਚ ਕੇ ਆਇਆ ਇਹ ਸ਼ਖਸ ਜੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ, ਜਿਸਨੇ ਘਰਦਿਆਂ ਤੋਂ ਨਸ਼ੇ ਲਈ ਪੈਸੇ ਮੰਗੇ ਤੇ ਜਦੋਂ ਘਰਦਿਆਂ ਨੇ ਪੈਸੇ ਦੇਣ ਤੋਂ ਮਨਾ ਕਰਤਾ ਤਾਂ ਗੁੱਸੇ ਵਿੱਚ ਇਸਨੇ ਨੇਲ ਕਟਰ ਹੀ ਨਿਗਲ ਲਿਆ, ਜਿਸ ਨੂੰ ਦੇਖ ਕੇ ਪਰਿਵਾਰ ਵਾਲਿਆਂ ਦੇ ਵੀ ਸਾਹ ਸੁੱਕ ਗਏ। ਤੁਰੰਤ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਦੋਂ ਸਕੈਨ ਕੀਤਾ ਤਾਂ ਉਹ ਵੀ ਦੇਖ ਕੇ ਦੰਗ ਰਹਿ ਗਏ ਕਿ ਉਸਦੇ ਢਿੱਡ ਦੇ ਵਿੱਚ ਨੇਲ ਕਟਰ ਸਕੈਨ ਹੋਇਆ, ਜਿਸ ਤੋਂ ਇਹ ਜ਼ਾਹਰ ਹੋ ਗਿਆ ਕਿ ਇਸ ਸ਼ਖਸ ਦਾ ਨੇਲ ਕਟਰ ਜੋ ਇਸਨੇ ਨਿਕਲਿਆ ਉਸਦੇ ਪੇਟ ਵਿੱਚ ਪਹੁੰਚ ਗਿਆ, ਜਿਸ ਕਰਕੇ ਕਿਸੇ ਵੀ ਨਸ ਦੇ ਕੱਟਣ ਦਾ ਖਤਰਾ ਬਣ ਗਿਆ ਤੇ ਜਾਨ ਵੀ ਜੋਖਮ ਚ ਆ ਗਈ। ਪਰ ਇੱਥੇ ਇੱਕ ਰੱਬ ਬਣ ਕੇ ਆਏ ਡਾਕਟਰ ਦੇ ਵੱਲੋਂ ਬਿਨਾਂ ਆਪਰੇਸ਼ਨ ਕੀਤੇ ਇਸ ਨਸ਼ੇੜੀ ਦਾ ਨੇਲ ਕਟਰ ਬਾਹਰ ਕੱਢ ਦਿੱਤਾ ਗਿਆ। ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਸੁਣਨ ਦੇ ਵਿੱਚ ਅਜੀਬ ਹੈ ਪਰ ਇਹ ਸੱਚ ਹੈ ਕਿ ਇਸ ਨਸ਼ੇੜੀ ਦੇ ਵੱਲੋਂ ਘਰਦਿਆਂ ਤੋਂ ਜਦੋਂ ਪੈਸੇ ਮੰਗੇ ਗਏ ਪੈਸੇ ਨਹੀਂ ਮਿਲੇ ਤਾਂ ਗੁੱਸੇ ਵਿੱਚ ਆ ਕੇ ਇਸ ਨੌਜਵਾਨ ਨੇ ਨੇਲ ਕਟਰ ਹੀ ਨਿਕਲ ਲਿਆ। ਪਰਿਵਾਰ ਵਾਲੇ ਵੀ ਹੱਕੇ ਬੱਕੇ ਰਹਿ ਗਏ ਤੇ ਭਾਜੜਾਂ ਪੈ ਗਈਆਂ। ਤੁਰੰਤ ਪੁੱਤ ਨੂੰ ਲੈ ਕੇ ਹਸਪਤਾਲ ਪਹੁੰਚੇ, ਜਿੱਥੇ ਡਾਕਟਰ ਵੀ ਦੇਖ ਕੇ ਹੈਰਾਨ ਰਹਿ ਗਏ ਕਿ ਇਸ ਸ਼ਖਸ ਨੇ ਸਾਬਤ ਨੇਲ ਕਟਰ ਹੀ ਨਿਗਲ ਲਿਆ, ਜੋ ਸਕੈਨ ਦੇ ਵਿੱਚ ਵੀ ਨਜ਼ਰ ਆਇਆ ਕਿ ਉਸਦੇ ਢਿੱਡ ਵਿੱਚ ਹੈ, ਜਿਸ ਨੂੰ ਬਾਅਦ ਵਿੱਚ ਡਾਕਟਰਾਂ ਦੇ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਬਿਨਾਂ ਆਪਰੇਸ਼ਨ ਕੀਤੇ ਲੇਜ਼ਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਨਾਲ ਕਿਸੇ ਤਰ੍ਹਾਂ ਦੀ ਵੀ ਇਨਫੈਕਸ਼ਨ ਹੋ ਸਕਦੀ ਸੀ ਤੇ ਜੇਕਰ ਕੋਈ ਨਾੜੀ ਕੱਟੀ ਜਾਂਦੀ ਤਾਂ ਫਿਰ ਮੌਤ ਵੀ ਹੋ ਸਕਦੀ ਸੀ। ਸੋ ਇੱਥੇ ਪਰਿਵਾਰ ਵੀ ਇਹਨਾਂ ਡਾਕਟਰਾਂ ਦਾ ਹੱਥ ਜੋੜ ਕੇ ਸ਼ੁਕਰੀਆ ਅਦਾ ਕਰ ਰਿਹਾ ਹੈ ਕਿ ਉਹਨਾਂ ਨੇ ਇਸ ਨੌਜਵਾਨ ਦੀ ਜਾਨ ਬਚਾਈ ਹੈ। ਪਰ ਵੱਡੀ ਗੱਲ ਇਹ ਹੈ ਕਿ ਨਸ਼ਾ ਨਾ ਮਿਲਣ ਕਰਕੇ ਹੁਣ ਨਸ਼ੇੜੀ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਨੇ। ਪਰਿਵਾਰ ਪਹਿਲਾਂ ਹੀ ਸਤਾਇਆ ਹੋਇਆ ਹੈ ਕਿ ਪੁੱਤ ਨਸ਼ੇ ਦਾ ਆਦੀ ਹੈ ਤੇ ਹੁਣ ਅਜਿਹੀ ਹਰਕਤ ਦੇ ਨਾਲ ਪਰਿਵਾਰ ਹੋਰ ਵੀ ਡਰ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, ਆਹ ਵੀਰ ਹੈ ਆਪਣਾ ਸੁਖਵਿੰਦਰ ਸਿੰਘ, ਇਹ ਸਾਡਾ ਮੇਰਾ ਕਜ਼ਨ ਹੀ ਲੱਗਦਾ ਪਿੰਡ ਨਗਰਦਾ ਹੀ ਆ, ਤੇ ਇਹ ਵੀਰ ਨੇ ਘਰੋਂ ਜਿੱਦਾਂ ਲੜਕੇ ਲੜੋ ਨਸ਼ੇ ਨਸ਼ੇ ਕਰਦਾ ਸੀ ਤੇ ਘਰੋਂ ਲੜਾਈ ਕਰਕੇ ਤੇ ਆਹ ਖਾ ਲਿਆ ਪੈਸੇ ਪੈਸੇ ਮੰਗਣ ਦੇ ਚੱਕਰ 'ਚ ਆਹ ਲੰਘਾ ਲਿਆ ਹੁਣ ਇਹਦੇ ਨੇਲ ਕਟਾਉਂਦਾ ਜੀ। ਅਤੇ ਸਾਨੂੰ ਡਾਕਟਰ ਅਮਨਦੀਪ ਸਿੱਧੂ ਵੱਲੋਂ ਦਸ ਪਈ ਸੀ ਗੁਰਦਾਸਪੁਰ, ਅਤੇ ਫਿਰ ਅਸੀਂ ਆਪਾਂ ਇੱਥੇ ਆਏ ਹਾਂ ਤੇ ਡਾਕਟਰ ਸਾਹਿਬ ਨੇ ਬੜਾ ਵਧੀਆ ਸਾਡਾ 10 ਮਿੰਟ ਜੀ ਹੱਲ ਕਰਤਾ ਗਾ ਜਾਂ ਨੇਲ ਕਟਰ ਬਾਹਰ ਕਰਤਾ। ਸਾਨੂੰ ਕਿਤੇ ਤੰਗੀ ਹੋਵੇ ਤਾਂ ਡਾਕਟਰ ਸਾਹਿਬ ਨੂੰ ਮਿਲ ਸਕਦੇ, ਜ਼ਰੂਰ ਗੈਸਟਾਂ 'ਤੇ ਬਹੁਤ ਵਧੀਆ ਰੱਖਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੱਲ੍ਹ ਇੱਕ ਬਹੁਤ ਇੰਟਰਸਟਿੰਗ ਕੇਸ ਮੇਰੇ ਕੋਲ ਆਇਆ। ਇੱਕ ਪੇਸ਼ੈਂਟ ਸੀ ਜੋ ਬਟਾਲੇ ਦਾ ਰਹਿਣ ਵਾਲਾ ਸੀ, ਉਹਦੇ ਅਟੈਂਡੈਂਟ ਦਾ ਮੈਨੂੰ ਫੋਨ ਆਇਆ ਕਿ ਡਾਕਟਰ ਸਾਹਿਬ ਸਾਡੇ ਮਰੀਜ਼ ਨੇ ਪੂਰਾ ਨੇਲ ਕਟਰ ਜਿਹੜਾ ਆ ਉਹ ਨਿਗਲ ਲਿਆ, ਅਤੇ ਉਹਨੇ ਇੱਕ ਐਕਸਰੇ ਦੀ ਮੈਨੂੰ ਫੋਟੋ ਭੇਜੀ ਸੀ। ਉਹ ਐਕਸਰੇ ਦੇ ਵਿੱਚ ਨੇਲ ਕਟਰ ਜਿਹੜਾ ਸਟਮਕ ਦੇ ਵਿੱਚ ਪਿਆ ਸੀ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇਹ ਆਪਣੇ ਸੈਂਟਰ 'ਤੇ ਬੁਲਾਇਆ। ਸਭ ਨਾਲੋਂ ਪਹਿਲਾਂ ਤਾਂ ਇੱਕ ਮੇਰੇ ਲਈ ਵੀ ਚੈਲੇਂਜਿੰਗ ਸੀ, ਕਿਉਂਕਿ ਇਹ ਬਹੁਤ ਰੇਅਰ ਚੀਜ਼ ਹੁੰਦੀ ਹੈ, ਬਹੁਤ ਡਿਫੀਕਲਟ ਕੇਸ ਸੀ, ਔਰ ਪੇਸ਼ੈਂਟ ਦੇ ਅਟੈਂਡੈਂਟ ਵੀ ਘਬਰਾਏ ਹੋਏ ਸੀ ਕਿ ਇੱਕ ਪੇਸ਼ੈਂਟ ਦਾ ਨੇਲ ਕਟਰ ਜਿੱਦਾਂ ਉਹਨੇ ਲਿਆ ਤਾਂ ਉਹਦੀ ਆਂਤ ਜਿਹੜੀ ਹੈ ਉਹ ਫਟ ਵੀ ਸਕਦੀ ਸੀ, ਕੰਪਲੀਕੇਸ਼ਨਸ ਵੀ ਆ ਸਕਦੀ ਸੀ। ਸਭ ਨਾਲੋਂ ਪਹਿਲਾਂ ਤਾਂ ਮੈਂ ਪੇਸ਼ੈਂਟ ਦੇ ਅਟੈਂਡੈਂਟ ਨੂੰ ਥੋੜ੍ਹਾ ਜਿਹਾ ਕੌਨਫੀਡੈਂਸ ਦਿੱਤਾ, ਅਤੇ ਅਸੀਂ ਦੂਰਬੀਨ ਰਾਹੀਂ ਮਤਲਬ ਕੋਈ ਸਰੀਰ ਦੇ ਉੱਤੇ ਚੀਰਫਾੜ ਕੀਤੇ ਬਿਨਾਂ ਐਂਡੋਸਕੋਪੀ, ਜਿਹਨੂੰ ਅਸੀਂ ਪੰਜਾਬੀ 'ਚ ਦੂਰਬੀਨ ਕਹਿੰਦੇ ਹਾਂ, ਦੂਰਬੀਨ ਰਾਹੀਂ ਅਸੀਂ ਉਸਨੂੰ ਸਟਮਕ 'ਚ ਲੈ ਕੇ ਗਏ। ਫਿਰ ਆਪਣੇ ਇੱਕ ਇੰਸਟਰੂਮੈਂਟਸ ਹੁੰਦੇ ਨੇ ਜਿਹਨੂੰ ਅਸੀਂ ਫੋਰਨ ਬੋਡੀ ਰਿਮੂਵ ਫੋਰਸੈਪ ਕਹਿੰਦੇ ਹਾਂ, ਉਸਦੇ ਰਾਹੀਂ ਹੌਲੀ ਹੌਲੀ ਕਰਕੇ ਨੇਲ ਕਟਰ ਨੂੰ ਅਸੀਂ ਬਿਨਾਂ ਚੀਰਫਾੜ ਤੋਂ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ।
ਜਿਹੜਾ ਚੈਲੰਜਿੰਗ ਕੇਸ ਸੀਗਾ ਕਿ ਨੇਲ ਕਟਰ ਦਾ ਜਿਹੜਾ ਸਾਈਜ਼ ਹੈ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ ਔਰ ਜਿਹੜੀ ਸਾਡੀ ਫੂਡ ਪਾਈਪ ਦਾ ਡਾਇਆਮੀਟਰ ਉਹ ਬਹੁਤ ਨੈਰੋ ਹੁੰਦਾ, ਤਾਂ ਸਾਨੂੰ ਪਹਿਲਾਂ ਅਸੀਂ ਤਾਰ ਅੰਦਰ ਲਿਜਾ ਕੇ ਉਸ ਦਾ ਜਿਹੜਾ ਆਖਰੀ ਹਿੱਸਾ ਹੁੰਦਾ ਪਿੱਛੇ ਵਾਲਾ ਉਸਨੂੰ ਅਸੀਂ ਪਕੜਨ 'ਚ ਸਕਸੈਸਫੁਲ ਰਹੇ, ਫਿਰ ਹੌਲੀ ਹੌਲੀ ਕਰਕੇ ਸਿੱਧੇ ਰਸਤੇ ਮਤਲਬ ਤੁਸੀਂ ਕਹਿ ਲਓ ਨੇਲ ਕਟਰ ਨੂੰ ਬਿਲਕੁਲ ਲੌਂਗੀਟੂਡਨਲ ਵੇ ਦੇ ਨਾਲ ਉਹਨੂੰ ਹੌਲੀ ਹੌਲੀ ਕਰਕੇ ਲੈ ਕੇ, ਕਿਉਂਕਿ ਅਗਰ ਜੇ ਇਹਨੂੰ ਅਸੀਂ ਮਤਲਬ ਸਿੱਧਾ ਫੜ ਕੇ ਲੈ ਕੇ ਆਉਂਦੇ ਤਾਂ ਉਹਨੇ ਜਿਹੜੀ ਫੂਡ ਪਾਈਪ ਹੈ ਉਹਨੂੰ ਫਾੜ ਦੇਣਾ ਸੀ, ਕਿਉਂਕਿ ਇਹ ਬਹੁਤ ਤਿੱਖਾ ਹੁੰਦਾ ਆ, ਡਾਇਆਮੀਟਰ ਛੋਟਾ, ਤਾਂ ਇੱਕ ਮਤਲਬ ਵਧੀਆ ਟੈਕਨੀਕ ਨਾਲ ਲੌਂਗੀਟੂਡਨਲ ਵੇ ਨਾਲ ਅਸੀਂ ਨੇਲ ਕਟਰ ਨੂੰ ਹੌਲੀ ਹੌਲੀ ਕਰਕੇ ਦੂਰਬੀਨ ਰਸਤੇ ਉਸਨੂੰ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ। ਫਾਈਨਲੀ ਪੇਸ਼ੈਂਟ ਅਸੀਂ ਠੀਕ ਕਰਕੇ ਉਸਨੂੰ ਵਾਪਸ ਘਰ ਭੇਜਤਾ, ਕੋਈ ਦਾਖਲ ਨਹੀਂ ਕੀਤਾ, ਕੋਈ ਐਡਮਿਸ਼ਨ ਨਹੀਂ ਕੀਤਾ, ਸਿਰਫ ਜਸਟ ਅੱਧਾ ਪੌਣਾ ਘੰਟਾ ਪੇਸ਼ੈਂਟ ਨੂੰ ਓਬਜ਼ਰਵੇਸ਼ਨ 'ਚ ਰੱਖਿਆ ਸੀ। ਈਵਨ ਅੱਜ ਵੀ ਮਾਰਨਿੰਗ ਦੇ ਵਿੱਚ ਜਦੋਂ ਅਸੀਂ ਪੇਸ਼ੈਂਟ ਨਾਲ ਫੋਨ ਦੇ ਉੱਤੇ ਗੱਲ ਕੀਤੀ ਤਾਂ ਉਹ ਬਿਲਕੁਲ ਸਹੀ ਸੀ, ਹੀ ਇਜ਼ ਐਬਸੋਲੂਟਲੀ ਫਾਈਨ। ਤਾਂ ਰੱਬ ਵੱਲੋਂ ਕਹਿ ਲਓ ਜਾਂ ਤੁਸੀਂ ਕਹਿ ਲਓ ਮੇਰੇ ਮਦਰ ਦੇ ਆਸ਼ੀਰਵਾਦ ਵੱਲੋਂ ਕਹਿ ਲਓ ਕਿ ਮੈਂ ਇਹ ਮਤਲਬ ਰੇਅਰ ਚੀਜ਼ ਜਿਹੜੀ ਆ ਕਰਨ ਦੇ ਵਿੱਚ ਸਕਸੈਸਫੁਲ ਰਿਹਾ। ਉਸ ਪੇਸ਼ੈਂਟ ਦੀ ਏਜ ਦੀ 38 ਈਅਰ ਸੀ। ਦੇਖੋ ਬੇਸਿਕਲੀ ਉਹ ਪੇਸ਼ੈਂਟ ਡਰੱਗ ਅਡਿਕਟਿਡ ਸੀਗਾ ਔਰ ਆਪਣੇ ਘਰਦਿਆਂ ਨਾਲ ਸ਼ਾਇਦ ਉਸਦੀ ਥੋੜ੍ਹੀ ਲੜਾਈ ਹੋਈ ਸੀ ਔਰ ਮਤਲਬ ਆਪਣੇ ਘਰਦਿਆਂ ਨੂੰ ਪੈਸੇ ਲੈਣ ਦੇ ਲਈ ਮਤਲਬ ਤੁਸੀਂ ਕਹਿ ਲਓ ਕਿ ਜ਼ਬਰਦਸਤੀ ਜਾਂ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਮੈਂ ਆਪਣੀ ਜਾਨ ਲੈ ਲੂੰਗਾ ਜਾਂ ਇਸ ਕਰਕੇ ਮਤਲਬ ਉਸਨੇ ਗਲਤੀ ਨਾਲ ਇਹ ਆਪਣਾ ਨੇਲ ਕਟਰ ਨਿਗਲ ਲਿਆ। ਦੇਖੋ ਇਸਨੂੰ ਅਸੀਂ ਐਂਡੋਸਕੋਪੀ ਫੋਰਨ ਬੋਡੀ ਰਿਮੂਵਲ ਕਹਿੰਦੇ ਹਾਂ। ਐਂਡੋਸਕੋਪੀ ਜੇ ਪੰਜਾਬੀ ਭਾਸ਼ਾ 'ਚ ਕਹੀ ਜਾਵੇ ਤਾਂ ਦੂਰਬੀਨ, ਅਸੀਂ ਦੂਰਬੀਨ ਨੂੰ ਮਤਲਬ ਸਟਮਕ 'ਚ ਲਿਜਾ ਕੇ ਉਹਦੇ ਵਿੱਚ ਫਿਰ ਦੂਰਬੀਨ ਦੇ ਵਿੱਚ ਹੀ ਅਸੀਂ ਫੋਰਨ ਬੋਡੀ ਫੋਰਸੈਪ ਪਾਉਂਦੇ ਹਾਂ, ਤਾਂ ਉਸ ਫੋਰਨ ਬੋਡੀ ਫੋਰਸੈਪ ਨਾਲ ਅਸੀਂ ਉਸਨੂੰ ਗ੍ਰਾਸਪ ਕਰ ਲੈਂਦੇ ਹਾਂ ਔਰ ਉਹਦੇ ਨਾਲ ਹੀ ਫਿਰ ਅਸੀਂ ਬਾਹਰ ਕੱਢ ਸਕਦੇ ਹਾਂ। ਇਹਦੇ 'ਚ ਕੋਈ ਚੀਰ ਫਾੜ ਨਹੀਂ, ਕੋਈ ਸਰੀਰ ਦੇ ਉੱਤੇ ਨਿਸ਼ਾਨ ਨਹੀਂ ਲੱਗਦਾ।